ਅੱਲਾਹ ਤਾਲਾ ਆਪ ਉਹਨਾਂ ਦੀ ਮਗਫਰਤ ਫਰਮਾਵੇ ਅਤੇ ਉਹਨਾਂ ਨੂੰ ਜੰਨਤ ਅਲਫਰਦੋਸ ਚਾਲਾ ਮਕਾਮ ਅਤਾ ਫਰਮਾਵੇ। ਸਾਡੇ ਵੱਲੋਂ ਤਾਂ ਸਾਡੇ ਦਿਲ 'ਚ ਐਸੀ ਕੋਈ ਗੱਲ ਨਹੀਂ ਹੈਗੀ, ਅਸੀਂ ਤਾਂ ਨਾ ਇੱਕ ਬਾਪ ਦਾ ਨਾ ਪਿਆਰ ਹੁੰਦਾ ਵੀ ਮਿਲਣਾ ਚਾਹੀਦਾ ਬੰਦੇ ਨੂੰ, ਉਹ ਜਦੋਂ ਨਹੀਂ ਹੁੰਦਾ ਨਾ ਤਾਂ ਬਹੁਤ ਸਾਰੇ ਮਸਾਇਲ ਪੈਦਾ ਹੁੰਦੇ ਆ। ਇੱਕ ਹੁੰਦੀ ਹੈ ਬੰਦੇ ਦੇ ਦਿਲ ਦੇ ਵਿੱਚ, ਉਹ ਸਾਡੇ ਦਿਲ 'ਚ। ਅਸਲਾਮ ਅਲੈਕੁਮ, ਕੀ ਹਾਲ ਆ ਮੇਰੇ ਵੀਰਾਂ ਦਾ, ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ। ਸਟਾਰਟ ਕਰਦੇ ਹਾਂ ਅੱਜ ਦਾ ਨਵਾਂ ਵਲੋਗ। ਅੱਜ ਹੱਬੂਣਾ ਦੇ ਹੈਗੇ ਕੁੱਲ ਅਤੇ ਰਾਤੀ ਨਾ ਅਸੀਂ ਇਸ ਡੇਟ 'ਤੇ ਸੁੱਤੇ ਸੀਗੇ। ਚਾਚੇ ਹੁਣੀ ਰਾਤੀ ਮੈਨੂੰ ਕਹਿੰਦੇ ਵੀ ਨਾ ਸਾਡੇ ਨਾਲ ਆ ਜਾ ਉੱਥੇ, ਉਹ ਸੁਣਦੇ ਕਮਰਿਆਂ ਦੇ ਵਿੱਚ, ਕਮਰਿਆਂ 'ਚ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਨਾ ਕਿੰਨੀ ਗਰਮੀ ਹੁੰਦੀ ਹੈ। ਮੈਂ ਕਹਿ ਰਿਹਾ ਇੱਥੇ ਨਹੀਂ, ਮੇਰੇ ਕੋਲ ਸੋ ਹੋਣਾ ਫਿਰ ਬੂਹਣਾ ਦਾ ਦੋਸਤ ਆ ਰਾਣਾ ਅਲਤਾਫ, ਉਹਨਾਂ ਦਾ ਡੇਰੇ 'ਤੇ ਆ ਕੇ ਨਾ ਅਸੀਂ ਫਿਰ ਇੱਥੇ ਸੁੱਤੇ ਹਾਂ ਅਤੇ ਹੁਣ ਜਾਂਦੇ ਹਾਂ ਪਿੰਡ ਵਾਪਸ, ਜਾ ਕੇ ਨਾ ਉੱਥੋਂ ਲੈਂਦੇ ਹਾਂ ਕਿਸੇ ਦਾ ਮੋਟਰਸਾਈਕਲ, ਕਬਰਸਤਾਨ ਹੈਗਾ ਕਾਫੀ ਦੂਰ, ਅਤੇ ਕਬਰਸਤਾਨ ਜਾਂਦੇ ਜਾ ਕੇ ਦੁਆ ਮੰਗ ਕੇ ਆਉਂਦੇ ਹਾਂ ਕਬਰ 'ਤੇ ਅਤੇ ਵਾਪਸ ਆ ਕੇ ਫਿਰ ਕੋਲ ਅਟੈਂਡ ਕਰਾਂਗੇ। ਉਸ ਤੋਂ ਬਾਅਦ ਫਿਰ ਜਿਹੜੀ ਰੂਟੀਨ ਹੋਏਗੀ ਸਾਰੀ, ਵਾਪਸ ਸਾਨੂੰ ਅੱਜ ਘਰ ਇਕੱਲਿਆਂ ਜਾਣਾ ਪੈਣਾ, ਉਹ ਜਿਹੜੇ ਸਾਡੇ ਨਾਲ ਘਰ ਵਾਲੇ ਆਏ ਸੀਗੇ ਅਜਮਲ ਸੀਗਾ, ਉਹ ਸਾਰੇ ਨਾਲ ਕੱਲ੍ਹ ਗੱਡੀ 'ਤੇ ਵਾਪਸ ਚਲੇ ਗਏ ਆ। ਆਹ ਹੈਗਾ ਡੇਰਾ ਇਹਨਾਂ ਦਾ, ਆਹ ਘੋੜੀ ਬਣੀ ਹੋਈ ਆ, ਉਹ ਡੰਗਰ ਸਾਹਮਣੇ, ਅਤੇ ਭਾਈ ਹੁਣੀ ਆਪ ਉਹ ਸਾਹਮਣੇ ਪਾਣੀ ਲਾਉਂਦੇ ਖੜ੍ਹੇ ਆ। ਸਾਡਾ ਨਾ ਜ਼ਿੰਦਗੀ ਦਾ ਪਹਿਲਾ ਇਤਫਾਕ ਆ ਕਿਸੇ ਐਸੇ ਡੇਰੇ 'ਤੇ ਰਹਿਣ ਦਾ ਜਿੱਥੇ ਨਾ ਵੀ ਇਕੱਲੇ ਡੰਗਰ ਰੱਖੇ ਹੋਏ ਆ। ਰਿਹਾਇਸ਼ੀ ਡੇਰਿਆਂ 'ਤੇ ਕਈ ਵਾਰੀ ਰਹੇ ਹਾਂ ਪਰ ਇੱਦਾਂ ਦੇ ਡੇਰੇ 'ਤੇ ਨਾ ਅਸੀਂ ਪਹਿਲੀ ਵਾਰੀ ਰਾਤ ਰਹੇ ਹਾਂ। ਕਬਰਸਤਾਨ ਅਸੀਂ ਆ ਗਏ ਹਾਂ, ਬੰਦੇ ਦੋ ਦੁਆ ਮੰਗਦੇ ਖੜ੍ਹੇ ਪਹਿਲਾਂ ਨੇ। ਅੱਬੂ ਹੁਣਾਂ ਦੀ ਕਬਰ ਦੀ ਅੱਗੇ ਕਬਰ ਹੈਗੀ ਹੈ ਜ਼ੁਬੈਦਾ ਬੀਬੀ, ਰੋਜ਼ਾ ਰਾਣਾ ਅਕਰਮ ਡਗਮੀਆਂ। ਮੁੜ ਕੇ ਪਤਾ ਨਹੀਂ ਜ਼ਿੰਦਗੀ ਵਿੱਚ ਸਾਡੇ ਕੋਲ ਇੱਥੇ ਆ ਹੋਣਾ ਜਾਂ ਨਹੀਂ ਆ ਹੋਣਾ। ਕਬਰ ਦੀ ਅਸੀਂ ਨਿਸ਼ਾਨੀ ਰੱਖ ਲਈ, ਜਿਹੜੀ ਸਾਹਮਣੇ ਕਬਰ ਆ ਨਾ ਉਸ ਉੱਤੇ ਤਖਤੀ ਲੱਗੀ ਹੋਈ ਆ, ਇੱਕ ਨਿਸ਼ਾਨੀ ਰਹਿ ਗਈ। ਉੱਦਾਂ ਵੀ ਸਾਡਾ ਜ਼ਿੰਦਗੀ ਦੇ ਵਿੱਚ ਨਾ ਤੀਜਾ ਚੱਕਰ ਆ ਇਸ ਜਗ੍ਹਾ ਦਾ। ਚੱਲਦੇ ਹੁਣ ਟਾਈਮ ਹੋਣ ਵਾਲਾ, ਚੱਲਦੇ ਹੁਣ ਮਸਜਿਦ, ਕੁੱਲਾਂ ਦਾ ਟਾਈਮ ਹੋਣ ਵਾਲਾ, ਕੁੱਲ ਅਦਾ ਕਰਦੇ ਹਾਂ ਅਤੇ ਉਸ ਤੋਂ ਬਾਅਦ ਆਪਣਾ ਵਾਪਸੀ ਦਾ ਰਾਹ ਲਵਾਂਗੇ। ਇਸਲਾਮਾਬਾਦ ਵੀ ਜਾਣਾ ਹੋਣਾ ਅਬ ਤੋ ਖੈਰ ਸਹੂਲੀਅਤ ਵੀ ਬਹੁਤ ਜ਼ਿਆਦਾ ਆ ਗਈ ਹੈ। ਇਸ ਕੇ ਸਾਥ ਕਰਦੇ ਨਾਰਾ ਲਗੀ ਅਬੀ ਬਾਜਾ ਵੀ ਕਬੂਲ ਕਰਨਾ ਤਮਾਮ ਅੰਬੀਆ ਦੀ ਇਸਲਾਮ ਸਾਡੇ ਗ੍ਰਾਮ ਦਾ ਵੀ ਕਬਤਾ ਵੀ ਦੁਨੀਆ ਅੱਲਾਹ ਬਾਜਾ ਦੀ ਇਸ਼ਕ ਅੱਲਾਹ ਕਬੂਲ ਕਰਨਾ ਬਿਲ ਖਸੂਸ ਪਿਆਰੇ ਅੱਲਾਹ ਯਾ ਅਹਿਮਦ ਆਦਮੀ ਨਬੀ ਪਾਕ ਵਸੀ ਦਾ ਜੋ ਕਬੂਲ ਆਈਬਾ ਕੇ ਸ਼ਮਸ਼ਾਦ ਕੀ ਰੂਹ ਕੋਈ ਸਾਰੇ ਸੌਂ ਕਰ ਦੇ ਅੱਲਾਹ ਕੋ ਆਮੀਨ ਯਾਰੇ ਅੱਲਾਹ ਪ੍ਰਭੂ ਨੇ ਤਾਂ ਵੀ ਬਖਸ਼ਿਸ਼ ਹੋ ਰੋਂ ਕੋ ਫਰਮਾ ਨਬੀ ਪਾਕ ਦੀ ਸ਼ਫਾਅਤ ਨਸੀਬ ਫਰਮਾ ਅੱਲਾਹ ਨਬੀ ਦੀ ਕਬਰ ਕੋ ਜੰਨਤ ਦੇ ਬਾਗ ਵਿੱਚ ਸਲਾਮ ਆਮੀਨ ਹੋ ਰੂਹ ਕੇ ਦਾਨ ਦਾ ਰਸੂਲ ਦੀ ਤੇ ਤਰਨੀ ਮੁਹੰਮਦੀ ਸਲਾਮ ਅਲੈਹ।
ਹਾਂਜੀ, ਘਰ ਅਸੀਂ ਆਪਣੇ ਵਾਪਸ ਪਹੁੰਚ ਗਏ, ਤਕਰੀਬਨ 9 ਵਜੇ ਅਸੀਂ ਪਹੁੰਚ ਗਏ ਸੀਗੇ, ਹੁਣ 11 ਵੱਜਦੇ ਪਏ ਆ। ਘਰ ਆ ਕੇ ਮੋਬਾਈਲ ਚਾਰਜ ਕੀਤਾ, ਸਵੇਰੇ ਕੁਲਾਂ ਤੋਂ ਬਾਅਦ ਨਾ ਸਾਡਾ ਮੋਬਾਈਲ ਪਾਵਰ ਆਫ ਹੋ ਗਿਆ ਸੀਗਾ। ਦੱਸਿਆ ਸੀ ਵਲਾਗ ਦੇ ਵਿੱਚ, ਮੈਂ ਕਿਹਾ ਬੈਟਰੀ ਲੋਅ ਇਹਦੀ, ਸਾਨੂੰ ਚਾਰਜਰ ਕਿਤੋਂ ਲੱਭਿਆ ਨਹੀਂ, ਅਤੇ ਹੁਣ ਘਰ ਆਏ ਹਾਂ, ਫਿਰ ਚਾਰਜਿੰਗ ਕੀਤੀ ਆ ਅਤੇ ਤਾਂ ਮੋਬਾਈਲ ਚੱਲਿਆ ਵਾ। ਕੋਲ ਵਗੈਰਾ ਭੁਗਤਾ ਕੇ ਅਸੀਂ ਤਕਰੀਬਨ 2-3 ਘੰਟੇ ਉੱਥੇ ਹੋਰ ਰਹੇ ਹਾਂ, ਅਤੇ ਉਸ ਤੋਂ ਬਾਅਦ ਫਿਰ ਘਰ ਆ ਗਏ ਸੀਗੇ। ਮੇਰੀ ਉਮਰ ਉਸ ਟਾਈਮ 2 ਸਾਲ ਸੀਗੀ, ਜਿਸ ਟਾਈਮ ਨਾ ਅੱਬੂ ਹੁਣੀ ਨਾ ਸਾਨੂੰ ਛੱਡ ਕੇ ਚੱਲ ਗਏ ਸੀਗੇ। ਉਹਨਾਂ ਨੇ ਜਾ ਕੇ ਦੂਜੀ ਸ਼ਾਦੀ ਕਰ ਲਈ ਸੀਗੀ ਅਤੇ ਸਾਡੇ ਮੈਂ ਉਹਨਾਂ ਨੂੰ ਛੱਡਤਾ ਸੀ ਉਹਨਾਂ ਨੇ, ਅਤੇ ਉਸ ਤੋਂ ਬਾਅਦ ਨਾ ਅਸੀਂ ਫਿਰ ਨਾਨਾ ਬਹੁਣਾ ਕੇ ਰਹਿੰਦੇ ਹਾਂ, ਅਤੇ ਇੱਥੇ ਅਸੀਂ ਸਾਰਾ ਸਾਡਾ ਸੈਟਅਪ ਜਿਹੜਾ ਨਾ ਸਾਰਾ ਇੱਥੇ ਸੈਟਿੰਗ ਸਾਰੀ ਬਣੀ ਹੋਈ ਆ, ਆਪਣਾ ਕਾਰੋਬਾਰ ਵਗੈਰਾ ਸਾਰਾ ਕੁਛ ਨਾ ਇੱਥੇ ਸੈੱਟ ਆ। ਅਤੇ ਉੱਥੇ 2 ਵਾਰੀ ਅੱਗੇ ਗਿਆ ਮੈਂ, ਅਤੇ 3 ਵਾਰੀ ਨਾ ਆ ਹੁਣ ਗਿਆ ਸੀਗਾ, ਉਸ ਤੋਂ ਇਲਾਵਾ ਮੈਂ ਨਹੀਂ ਕਦੀ ਗਿਆ ਉੱਥੇ। ਅਤੇ ਤੁਹਾਨੂੰ ਦੱਸਿਆ ਸੀ ਅੱਬੂ ਨਾਲ ਸਾਡੀ ਤਕਰੀਬਨ 8ਵੀਂ ਮੁਲਾਕਾਤ ਸੀਗੀ ਸਾਡੀ ਪੂਰੀ ਜ਼ਿੰਦਗੀ ਦੇ ਵਿੱਚ, 32 ਸਾਲਾਂ ਦੇ ਵਿੱਚ। ਬਾਕੀ ਅੱਲਾਹ ਤਾਲਾ ਅੱਬੂ ਹੁਣਾਂ ਦੀ ਮਗਫਰਤ ਫਰਮਾਵੇ ਅਤੇ ਉਹਨਾਂ ਨੂੰ ਜੰਨਤ ਅਲਫਰਦੋਸ ਚਾਲਾ ਮੁਕਾਮ ਅਤਾ ਫਰਮਾਵੇ। ਸਾਡੇ ਵੱਲੋਂ ਤਾਂ ਸਾਡੇ ਦਿਲ 'ਚ ਐਸੀ ਕੋਈ ਗੱਲ ਨਹੀਂ ਹੈਗੀ, ਅਸੀਂ ਤਾਂ ਨਾ ਇੱਕ ਬਾਪ ਦਾ ਨਾ ਪਿਆਰ ਹੁੰਦਾ ਵੀ ਮਿਲਣਾ ਚਾਹੀਦਾ ਬੰਦੇ ਨੂੰ, ਉਹ ਜਦੋਂ ਨਹੀਂ ਹੁੰਦਾ ਨਾ ਤਾਂ ਬਹੁਤ ਸਾਰੇ ਮਸਾਇਲ ਪੈਦਾ ਹੁੰਦੇ ਆ। ਇੱਕ ਹੁੰਦੀ ਆ ਬੰਦੇ ਦੇ ਦਿਲ ਦੇ ਵਿੱਚ, ਉਹ ਸਾਡੇ ਦਿਲ 'ਚ ਨਾ ਹਜੇ ਵੀ ਹੈਗੀ ਆ ਵੀ ਸਾਨੂੰ ਨਾ ਯਾਰ ਨਹੀਂ ਮਿਲਿਆ ਬਚਪਨ ਦੇ ਵਿੱਚ। ਉਦੋਂ ਸਾਡਾ ਦਿਲ ਜਿਹੜਾ ਉਹਨਾਂ ਵੱਲੋਂ ਸਾਫ਼ ਆ, ਕੋਈ ਮਸਲਾ ਨਹੀਂ ਹੈਗਾ। ਸਾਡਾ ਅੱਜ ਦਾ ਵਲੋਗ ਇੰਨਾ ਹੀ ਸੀਗਾ। ਅੱਲਾ ਹਾਫਿਜ਼।